ਦਾ ਗੁਣਾਂ ਕਰਦਾ ਹੈ। ਮੈਂ ਜਿਹਨੂੰ ਚਾਹਾਂ ਪੁੱਤਰ ਦੇ ਦੇਵਾਂ, ਜਿਹਨੂੰ ਚਾਹਾਂ ਧੀਆਂ ਦੇ ਦੇਵਾਂ, ਜ਼ਮੀਨਾਂ ਤੇ ਆਸਮਾਨਾਂ ਦਾ ਬਾਦਸ਼ਾਹ ਲਈ, ਕਿਉਂਕਿ ਧੀਆਂ ਦੇਵੇ ਪੁੱਤ ਦੇਵੇ ਰੱਬ ਦੀ ਰਜ਼ਾ, ਕੁਝ ਵੀ ਨਾ ਦੇਵੇ ਅਨੂ ਕੌਣ ਪੁੱਛਦਾ, ਧੀਆਂ ਦੇਵੇ ਪੁੱਤ ਦੇਵੇ ਰੱਬ ਦੀ ਰਜ਼ਾ, ਕੁਝ ਵੀ ਨਾ ਦੇਵੇ ਅਨੂ ਕੌਣ ਪੁੱਛਦਾ। ਤੀਆਂ ਪੋਤੀਆਂ ਮੋਤੀ ਅਨਮੋਲ ਨੇ, ਇਹ ਸਾਰੇ ਪਿਆਰ ਮੇਰੇ ਅੱਲਾਹ ਕੋਲ ਨੇ। ਸੁਣੋ ਮੇਰੇ ਬਜ਼ੁਰਗੋ, ਦਾ ਧਿਆਨ ਨਾਲ ਫਲਾਣਾ ਮੇਰਾ ਨਮਾਜ਼ੀ ਜਮਾਤੀ ਬੈਠਾ ਹੈ, ਇਹਨੂੰ ਅੱਲਾ ਨੇ ਧੀਆਂ ਧੀਆਂ ਦਿੱਤੀਆਂ ਨੇ, ਜਿਹੜਾ ਹੈ ਬੰਦਾ ਹੈ ਇਹਨੂੰ ਅੱਲਾ ਨੇ ਪੁੱਤਰ ਹੀ ਪੁੱਤਰ ਦਿੱਤੇ ਨੇ, ਜਿਹੜਾ ਫਲਾਣਾ ਬੰਦਾ ਸਾਹਮਣੇ ਬੈਠਾ ਹੈ ਇਹਨੂੰ ਅੱਲਾ ਨੇ ਪੁੱਤਰ ਵੀ ਦਿੱਤੇ ਨੇ ਤੇ ਧੀਆਂ ਵੀ ਦਿੱਤੀਆਂ ਨੇ। ਇਸ ਮਸਜਿਦ ਦੇ ਅੰਦਰ ਇੱਕ ਸ਼ਾਹ ਅਬਦਲ ਗਣੀ ਹੈ, ਸੈਯਦ ਅਬਦਲ ਗਣੀ ਸ਼ਾਹ ਹੈ, ਜਿਹਨੇ ਕੋਲ ਪੁੱਤਰ ਵੀ ਕੋਈ ਨਹੀਂ ਤੇ ਧੀ ਵੀ ਕੋਈ ਨਹੀਂ, ਕਿਤੇ ਗੁਜ਼ਰ ਮੁਤਾਬਕ ਵੀ ਬਹੁਤ ਮੁਸ਼ਕਲ, ਕਿਤੇ ਅੱਗੇ ਵਰਦਾਨ ਨੂੰ ਦੇਈ ਜਾਣਾ ਹੈ, ਕਿਤੇ ਨਾ ਦੇਵੇ ਤੇ ਚਾਂਦੀ ਦੀ ਛਾਪ ਵੀ ਨਹੀਂ, ਕਿਤੇ ਸੋਨਾ ਖੰਡਾ ਨੂੰ ਦੇਈ ਜਾਣਾ ਹੈ, ਕਿਤੇ ਪੁੱਤਰ ਤੇ ਮੁਰੂ ਕੋਈ ਤਰਸਦਾ ਹੈ, ਤੂੰ ਬੇਟੀਆਂ ਬੇਟੀਆਂ ਚਾ ਦੇਣਾ ਹੈ, ਕਿਤੇ ਬੇਟੀਆਂ ਦਾ ਕੋਈ ਚਾ ਰੱਖਦਾ, ਤੂੰ ਮੁੰਡਿਆਂ ਦੀ ਮੇਲ ਪਾ ਦੇਣਾ ਹੈ, ਕਿਤੇ ਤੀਆਂ ਪੁੱਤਰ ਨਾਲੇ ਮਾਲ ਦੌਲਤ ਫਤਲ ਕਰਮ ਤੇ ਮੀਂਹ ਬਰਸਾ ਦੇਣਾ ਹੈ, ਉਹਨੂੰ ਕੌਣ ਪੁੱਛੇ ਤੂੰ ਕੀ ਕਰਦਾ, ਉਹਨੂੰ ਕੌਣ ਪੁੱਛੇ ਤੂੰ ਕੀ ਕਰਦਾ, ਕਿਤੇ ਮਰਦੀਆਂ ਰੱਬ ਵਫਾਰਦੀਆਂ ਤਰ ਅਸਲ ਅਕੀਦੇ ਦੇ ਕੱਚਿਆਂ ਨੇ, ਸ਼ਾਨਾ ਸਮਝੀਆਂ ਨਹੀਂ ਕਿਰਦ ਵਾਲਦੀਆਂ ਮਰਦੀਆਂ ਨੇ, ਦੁਨੀਆਂ ਤੇ ਆਉਣਾ ਹੋਵੇ ਅੱਲਾ ਨੇ ਜਿਹਨੂੰ ਦੁਨੀਆਂ ਤੇ ਭੇਜਣਾ ਹੈ ਉਹਨੇ ਆਉਣਾ ਹੀ ਆਉਣਾ ਹੈ, ਕਿਸੇ ਦੇ ਘਰ ਬੇਟੀ ਪੈਦਾ ਹੋਵੇ ਜਿਹਨੇ ਨੂੰ ਵੱਟ ਪਾਏਗਾ, ਜਿਹਨਾਂ ਸਿਆ ਕਰੇਗਾ, ਅੱਖਾਂ ਚੋਂ ਆਂਸੂ ਵਹਾਏਗਾ, ਰੋਵੇਗਾ, ਕੁਰਲਾਵੇਗਾ, ਅੱਲਾ ਦੇ ਫੈਸਲੇ ਉਹਦੇ ਰੋਣ ਨਾਲ ਬਦਲ ਨਹੀਂ ਜਾਣੇ। ਮੇਰੇ ਬਜ਼ੁਰਗੋ ਨੌਜਵਾਨ ਪੱਲੇ ਬਣਨ ਵਾਲੀਆਂ ਗੱਲਾਂ, ਮੌਲਾਨਾ ਅਬਦੁਲ ਮਾਲਿਕ ਮੁਜਾਹਰ।